ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਿਊਮਨ ਰਾਈਟਸ ਸੰਰਕਸ਼ਣ ਸੰਸਥਾ ਵੱਲੋਂ ਦੁਬਈ ਦੇ ਵਿੱਚ ਆਇਆ ਹੋਇਆ ਵਾਂ, ਅਤੇ ਗੀਤਾ ਮੈਡਮ ਨੇ ਬੜਾ ਹੀ ਸਾਨੂੰ ਹੌਸਲਾ ਦਿੱਤਾ ਤਾਂ ਕਿ ਅਸੀਂ ਇਸ ਲੈਵਲ 'ਤੇ ਅੱਗੇ ਕੰਮ ਕਰ ਸਕੀਏ। ਹਿਊਮਨ ਰਾਈਟਸ ਵੱਲੋਂ ਲਿਖੀ ਚਿੱਠੀ ਜਿਹਦੇ ਵਿੱਚ ਕੁਛ ਸਾਡੇ ਬੰਦੇ ਸੀ ਜਿਹੜੇ ਇੱਥੇ ਰਹਿੰਦੇ ਸੀ, ਏਜੰਟਾਂ ਨੇ ਲਿਆ ਕੇ ਫਸਾਏ ਹੋਏ ਸੀ, ਉਹਨਾਂ ਵਾਸਤੇ ਅਸੀਂ ਇੰਡੀਅਨ ਕੌਂਸਲਸ ਇੰਡੀਅਨ ਦੂਤਾਵਾਸ ਦੇ ਦਫ਼ਤਰ ਕੱਲ੍ਹ ਗਏ ਸੀ। ਦੂਤਾਵਾਸ ਦੇ ਦਫ਼ਤਰ ਜਾ ਕੇ ਅਸੀਂ ਚਿੱਠੀ ਦੇ ਕੇ ਆਏ ਉਹਨਾਂ ਨੂੰ, ਉਹਨਾਂ ਨੇ ਕਿਹਾ ਅਸੀਂ ਇਹਦੇ ਬਾਰੇ ਕੋਈ ਕਾਰਵਾਈ ਕਰਾਂਗੇ। ਅਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਹ ਕੈਂਪ ਜਿੱਥੇ ਲੋਕ ਰਹਿੰਦੇ ਨੇ, ਆਹ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਅਤੇ ਇੱਦਾਂ ਬਹੁਤ ਲੰਮੇ ਲੰਮੇ ਇੱਕ ਇੱਕ ਕਿਲੋਮੀਟਰ ਅੱਧਾ ਅੱਧਾ ਕਿਲੋਮੀਟਰ ਦੇ ਇੱਦਾਂ ਹੀ ਕੈਂਪ ਨੇ ਇਹ, ਜਿਵੇਂ ਆਹ ਪਾਰਟ ਹੈ ਇੱਦੂ ਗਲਾ ਅਗਲਾ 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 ਇੱਦਾਂ ਸਮਝ ਲਓ ਵੀ 8x10 ਦਾ ਕਮਰੇ ਆ, ਜਿਹਦੇ ਵਿੱਚ ਸਮਝ ਲਓ 10-10, 20-20 ਜਾਣੇ ਵੀ ਰਹਿੰਦੇ ਨੇ। ਹੈਗਾ ਤਾਂ ਇਹ ਵੀ ਹਿਊਮਨ ਰਾਈਟਸ ਦਾ ਘਾਣ ਹੀ ਆ, ਉਹਨਾਂ ਨੂੰ ਪੈਣ ਲਈ ਪ੍ਰੋਪਰ ਜਗ੍ਹਾ ਨਹੀਂ, ਨਹਾਉਣ ਧੋਣ ਲਈ ਸਿਸਟਮ ਨਹੀਂ ਹੈਗਾ। ਇਸ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਜਿਹੜੇ ਲੋਕ ਇੱਥੇ ਆਉਂਦੇ ਨੇ ਵੀ ਉਹ ਆਉਣ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਕਰਨ, ਜੇ ਤੁਹਾਡਾ ਕੋਈ ਬੰਦਾ ਉੱਥੇ ਹੈਗਾ ਵਾ ਪਹਿਲਾਂ ਉਹਦੇ ਨਾਲ ਕੰਸਰਨ ਕਰਨ, ਉਦੋਂ ਬਾਅਦ ਕੰਪਨੀ ਦੇ ਵਿੱਚ ਆਇਆ ਜਾਵੇ। ਨਹੀਂ ਬਹੁਤ ਬੁਰਾ ਹਾਲ ਹੈ ਇੱਥੇ ਲੋਕਾਂ ਦਾ, ਅੱਜ ਮੈਂ ਆ ਕੇ ਦੇਖਿਆ ਅਤੇ ਰੀਅਲ ਦੇ ਵਿੱਚ ਹੀ ਮੈਂ ਬੜਾ ਭਾਵੁਕ ਹੋਇਆ ਵੀ ਪਿਛਲੇ ਲੋਕ ਉਹਨਾਂ ਵਾਸਤੇ ਬਹੁਤ ਕੁਛ ਕਹਿੰਦੇ ਆਹ ਦੇ ਦਿਉ ਉਹ ਦੇ ਦਿਉ, ਪਰ ਉਹਨਾਂ ਦੇ ਹਾਲਾਤ ਨੇ ਜੋ ਇੱਥੇ ਉਹ ਬਹੁਤ ਹੀ ਮਾੜੇ ਨੇ। ਇਸ ਕਰਕੇ ਸਾਰੇ ਜਿਹੜੇ ਮੇਰੇ ਵੀਰ ਬੀ ਅਵੇਅਰ, ਤੁਸੀਂ ਜਦੋਂ ਵੀ ਆਉਣਾ ਵਾ ਆਉਣ ਤੋਂ ਪਹਿਲਾਂ ਇੱਥੇ ਆਉਣ ਤੋਂ ਜਦੋਂ ਤੁਸੀਂ ਇੱਥੇ ਪਹੁੰਚ ਗਏ ਇੱਥੇ ਆ ਕੇ ਕੋਸ਼ਿਸ਼ ਕਰੋ ਵੀ ਸਭ ਤੋਂ ਪਹਿਲਾਂ ਜਿਹੜੀ ਤੁਹਾਡਾ ਜੇ ਤੁਸੀਂ ਇੰਡੀਆ ਤੋਂ ਆਉ ਤਾਂ ਇੰਡੀਅਨ ਦੂਤਾਵਾਸ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਇੱਕ ਚਿੱਠੀ ਦਿਓ ਵੀ ਅਸੀਂ ਇੱਥੇ ਆਏ ਹਾਂ, ਸਾਨੂੰ ਆਹ ਕੰਪਨੀ ਨੇ ਸੱਦਿਆ ਵਾ, ਆਹ ਆਹ ਕੰਮ ਆਹ ਆਹ ਕੰਡੀਸ਼ਨਾਂ ਨੇ, ਉਹਨਾਂ ਨੂੰ ਦੱਸੋ। ਉਹਨਾਂ ਨੇ ਇਹ ਗੱਲ ਉਹਨਾਂ ਨੇ ਸਾਨੂੰ ਦੱਸੀ ਹੈ ਵੀ ਤੁਸੀਂ ਜੇ ਸਾਨੂੰ ਇੱਦਾਂ ਹੋਵੇ ਤਾਂ ਅਸੀਂ ਹੈਲਪ ਕਰਨ ਦੇ ਵਿੱਚ ਜ਼ਿਆਦਾ ਸਕਸੈਸ ਹੁੰਦੇ ਹਾਂ, ਵੀ ਜੇ ਉਹਨਾਂ ਨਾਲ ਉਹ ਚੀਜ਼ਾਂ ਨਾ ਹੋ ਜਾਣ। ਇਸ ਕਰਕੇ ਜਦੋਂ ਵੀ ਤੁਸੀਂ ਆਉਂਦੇ ਹੋ ਉਹਨਾਂ ਨੂੰ ਮਿਲੋ, ਜਾਂ ਨਹੀਂ ਮਿਲ ਸਕਦੇ ਜੇ ਤੁਹਾਡਾ ਕੋਈ ਆਪਦਾ ਬੰਦਾ ਹੈਗਾ ਉਹਨੂੰ ਪੁੱਛੋ, ਕੰਪਨੀ ਬਾਰੇ ਪੁੱਛੋ, ਪਤਾ ਕਰੋ, ਫੇਰ ਆਓ। ਹਿਊਮਨ ਰਾਈਟਸ ਸੰਰਕਸ਼ਣ ਸੰਸਥਾ ਵੱਲੋਂ ਸਾਰਿਆਂ ਨੂੰ ਅਪੀਲ ਆ ਕਿ ਜਿਹੜਾ ਵੀ ਬੰਦਾ ਬਾਹਰ ਜਾਂਦਾ ਵਾ ਪਲੀਜ਼ ਇੱਕ ਵਧੀਆ ਏਜੰਟ ਰਾਹੀਂ ਜਾਓ, ਅਤੇ ਦੂਸਰੀ ਗੱਲ ਜਾਣ ਤੋਂ ਪਹਿਲਾਂ ਸਾਰੀ ਪੁੱਛ ਪੜਤਾਲ ਕਰੋ ਜੀ। ਧੰਨਵਾਦ।